ਕਿ ਕੁਝ ਦਿਨ ਪਹਿਲਾਂ ਰਾਜਾ ਵੜਿੰਗ ਕਹਿੰਦੇ ਸੀਗੇ ਕਿ ਅਸੀਂ ਆਪਣੀ ਮੌਜੂਦਾ MP ਪ੍ਰਨੀਤ ਕੌਰ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹੈ, ਉਹ ਹੁਣ ਪਾਰਟੀ ਦਾ ਜਿਹੜਾ ਉਹ ਹਿੱਸਾ ਨਹੀਂ ਹੈਗੇ। ਤਾਂ ਹੁਣ ਕੱਲ ਪ੍ਰਤਾਪ ਸਿੰਘ ਬਾਜਵਾ ਇੱਥੇ ਆਏ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਵੀ ਵੱਡਾ ਜਿਹੜਾ ਧਮਾਕਾ ਕਰ ਦਿੱਤਾ। ਉਹ ਕਹਿੰਦੇ ਕਿ ਪ੍ਰਨੀਤ ਕੌਰ ਪਾਰਟੀ ਦੇ ਵਿੱਚ ਹੈ ਹੀ ਨਹੀਂ, ਉਹ ਕਹਿੰਦੇ ਕਿ ਉਹਨਾਂ ਤਾਂ BJP ਦੇ ਵੱਲੋਂ ਇਲੈਕਸ਼ਨ ਲੜਨੀ ਹੈ, ਅਸੀਂ ਜਿਹੜਾ ਆਪਣਾ ਕੈਂਡੀਡੇਟ ਜਿਹੜਾ ਹੋਰ ਖੜਾ ਕਰਨਾ ਹੈ। ਤਾਂ ਇਹ ਗੱਲਾਂ ਕਹਿੰਦੇ ਨਜ਼ਰ ਆਏ, ਮੌਜੂਦਾ MP ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਹੋਵੇ ਤੇ ਪਤਾ ਲੱਗਿਆ ਨਾ ਹੋਵੇ, ਕੋਈ ਚਿੱਠੀ ਪੱਤਰ ਆਇਆ ਨਾ ਹੋਵੇ ਤੇ CLP ਲੀਡਰ ਤੇ ਕਾਂਗਰਸ ਪ੍ਰਧਾਨ ਇਹ ਗੱਲਾਂ ਕਹਿ ਰਹੇ ਹੋਣ ਕਿ ਭਾਈ ਅਸੀਂ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ, ਕਿਵੇਂ ਦੇਖਦੇ ਇਸ ਪੂਰੀ ਚੀਜ਼ ਨੂੰ, ਹੋ ਕੀ ਰਿਹਾ, ਸਿਸਟਮ ਬਣ ਕੀ ਰਿਹਾ, ਪਤਾ ਤਾਂ ਲੱਗਿਆ ਨਹੀਂ ਕਦੋਂ ਕਿਤੇ ਕਿੱਥੇ ਕੱਢੇ। ਸੁਖਵਿੰਦਰ ਜੀ, ਪ੍ਰਤਾਪ ਸਿੰਘ ਬਾਜਵਾ ਦੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੋ ਜਿਹੇ ਸੰਬੰਧ ਨੇ ਉਹ ਬੀਤਿਆਂ 5 ਸਾਲਾਂ 'ਚ ਪਤਾ ਹੀ ਆ ਕਿ ਕਿਹੋ ਜਿਹੇ ਇਹਨਾਂ ਦੇ ਸੰਬੰਧ ਰਹੇ ਨੇ। ਤੇ ਜਦੋਂ ਪ੍ਰਤਾਪ ਸਿੰਘ ਬਾਜਵਾ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਖੀਰਲੇ ਦਿਨਾਂ 'ਚ 15 ਕੁ ਦਿਨ ਵਾਸਤੇ ਜਦੋਂ ਤਾਕਤ ਬਖਸ਼ੀ ਗਈ ਤਾਂ ਪ੍ਰਤਾਪ ਸਿੰਘ ਬਾਜਵੇ ਨੇ ਆਪਣੇ ਜ਼ਿਲ੍ਹੇ ਦੇ ਵਿੱਚ ਉਹ ਹਨੇਰੀ ਲਿਆਂਦੀ, ਗੱਡੀਆਂ ਘੁਮਾ ਘੁਮਾ ਕੇ SSP ਬਦਲ ਤੇ ਈਵਨ ਕਿ ਜਿਹੜੇ ਥੱਲੜੇ ਪੰਚਾਇਤ ਸੈਕਟਰੀ ਤੱਕ ਪ੍ਰਤਾਪ ਸਿੰਘ ਬਾਜਵੇ ਨੇ ਬਦਲ ਕੇ ਆਪਣੀ ਤਾਕਤ ਦਾ ਮਜ਼ਾਰਾ ਜਿਹੜਾ ਸੀ ਨਾ ਉਹ ਕੀਤਾ ਸੀ ਅਖੀਰਲੇ ਦਿਨਾਂ 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਦਹਾਕ ਦੇਣ ਵਾਸਤੇ ਤਾਕਤ ਬਖਸ਼ੀ। ਸੰਬੰਧ ਇਹਨਾਂ ਦੇ ਠੀਕ ਨਹੀਂ ਰਹੇ। ਤਾਂ ਹੁਣ ਜਿਹੜਾ ਕੱਲ੍ਹ ਦਾ ਇਹ ਬਿਆਨ ਜਿਹੜਾ ਆਇਆ, ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਭਗਵੰਤ ਮਾਨ 'ਚ ਹਿੰਮਤ ਹੈਗੀ ਆ, ਤਾਂ ਉਹ ਜਿਹੜਾ ਆਖਰਲੇ 15 ਕੁ ਦਿਨਾਂ 'ਚ ਤਾਂ ਬਾਜਵਾ ਸਾਹਿਬ ਸੰਬੰਧ ਠੀਕ ਕਰਕੇ ਸੀ ਆਪਣੇ ਜਾਣੀ ਦਾ, ਕਿ ਜਾਂਦੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਨੇ ਚਾਬੀਆਂ ਮੈਨੂੰ ਦੇਣੀਆਂ। ਨਹੀਂ, ਮੈਂ ਉਹੀ ਕਹਿ ਰਿਹਾ ਨਾ ਕਿ ਤਾਕਤ ਬਖਸ਼ੀ 15 ਕੁ ਦਿਨਾਂ ਵਾਸਤੇ ਅਖੀਰਲੇ ਦੌਰ 'ਚ, ਪਰ ਉਹ ਸੰਬੰਧ ਫਿਰ ਵਿਗੜ ਗਏ। ਤਾਂ ਹੁਣ ਜਿਸ ਤਰੀਕੇ ਨਾਲ ਕੱਲ੍ਹ ਉਹਨਾਂ ਨੇ ਪਟਿਆਲੇ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕਰਕੇ ਭਗਵੰਤ ਮਾਨ ਨੂੰ ਵੀ ਚੈਲੰਜ ਕੀਤਾ ਕਿ ਪ੍ਰਨੀਤ ਕੌਰ ਜਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਘਪਲਿਆਂ ਦੀ ਜਾਂਚ ਕੀਤੀ ਜਾਵੇ, ਤਾਂ ਉੱਥੇ ਆਹ ਜਿਹੜੀ ਖਬਰ ਜਿਹੜੀ ਤੁਸੀਂ ਕਹੀ ਹੈ ਕਿ ਪਾਰਟੀ 'ਚੋਂ ਕੱਢ ਦਿੱਤਾ। ਸੁਖਵਿੰਦਰ ਜੀ, ਪਾਰਟੀ ਦੇ ਵਿੱਚੋਂ ਕੱਢਣ ਕਢਾਉਣ ਦੀਆਂ ਗੱਲਾਂ ਤੇ ਤੁਹਾਨੂੰ ਇਹ ਵੀ ਯਾਦ ਆ ਤੇ ਇਹ ਬੜੇ ਚਿਰ ਦੇ ਨਵਜੋਤ ਸਿੰਘ ਸਿੱਧੂ ਨੂੰ ਵੀ ਕੱਢ ਚੁੱਕੇ ਆ ਕਿ ਉਹ ਵੀ ਆਪਣੇ ਵੱਲੋਂ ਤਾਂ ਜੇ ਇਹ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੋ ਜਾਂ ਰਾਜਾ ਵੜਿੰਗ ਦੀ ਗੱਲ ਕਰੋ, ਜਿਹੜਾ ਇਹਨਾਂ ਨੂੰ ਬੰਦਾ ਪਸੰਦ ਨਹੀਂ ਆਉਂਦਾ, ਇਹ ਤਾਂ ਆਪਣੇ ਵੱਲੋਂ ਝਾੜ ਦਿੰਦੇ ਆ ਕਿ ਹਾਂ ਵੀ ਤੈਨੂੰ ਪਾਰਟੀ 'ਚੋਂ ਕੱਢਿਆ, ਤੂੰ ਨਿਕਲ ਚੁੱਕਾ। ਬੜੀ ਵਧੀਆ ਗੱਲ ਆ ਕਿ ਜੇਕਰ ਗੁਲਾਮ ਨਬੀ ਆਜ਼ਾਦ ਪਾਰਟੀ ਛੱਡਦਾ ਤਾਂ ਪੂਰੀ ਕਾਂਗਰਸ ਹਿੱਲਦੀ ਆ, ਆਨੰਦ ਸ਼ਰਮਾ ਛੱਡਦਾ ਪੂਰੀ ਕਾਂਗਰਸ ਹਿੱਲਦੀ ਆ। ਮਨੀਸ਼ ਤਿਵਾੜੀ ਇਹ ਗੱਲ ਕਹਿੰਦਾ ਕਿ ਅਸੀਂ ਆਪਣੀ ਮਰਜ਼ੀ ਦੇ ਮਾਲਕ ਹਾਂ, ਅਸੀਂ ਕੋਈ ਚੌਕੀਦਾਰ ਨਹੀਂ, ਤਾਂ ਕਾਂਗਰਸ ਹਿੱਲਦੀ ਆ। ਤੇ ਪ੍ਰਨੀਤ ਕੌਰ ਵਰਗੀ ਇੱਕ ਤਗੜੀ ਕਾਂਗਰਸੀ ਥੰਮ ਦੇਤਾ ਜਿਹੜੀ ਆ ਮੌਜੂਦਾ ਸੰਸਦ ਮੈਂਬਰ, ਜੇਕਰ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਹੋਵੇ, ਪਾਰਟੀ ਵੱਲੋਂ ਕੋਈ ਜਾਣਕਾਰੀ ਅਖਬਾਰ 'ਚ ਨਾ ਆਵੇ, ਕਿਤੇ ਸੋਸ਼ਲ ਮੀਡੀਆ 'ਤੇ ਕੋਈ ਕਾਰਵਾਈ ਨਾ ਹੋਵੇ, ਤੇ ਦੂਜੇ ਪਾਸੇ ਪਾਰਟੀ ਪ੍ਰਧਾਨ ਪੰਜਾਬ ਦਾ ਤੇ CLP ਲੀਡਰ ਇਹ ਕਹਿਣ ਕਿ ਉਹ ਪਾਰਟੀ ਛੱਡ ਕੇ ਜਾ ਚੁੱਕੇ ਆ, ਫਿਰ ਤਾਂ ਇਹੋ ਹੀ ਕਿਹਾ ਜਾ ਸਕਦਾ ਕਿ ਮੰਗੇਰੀ ਲਾਲ ਕੇ ਹਸੀਨ ਸੁਪਨੇ ਨੇ। ਅਗਲੇ ਧੱਕੇ ਦੇ ਨਾਲ ਅੱਜ ਦੀ ਡੇਟ ਦੇ ਵਿੱਚ ਮੰਨ ਲਓ ਕਿ ਉਹਨਾਂ ਨੇ ਪਾਰਟੀ 'ਚੋਂ ਕੱਢ ਵੀ ਦਿੱਤਾ, ਅਸੀਂ ਇਹਨਾਂ ਦੀਆਂ ਗੱਲਾਂ ਨਾਲ ਸਹਿਮਤ ਹੋ ਜਾਂਦੇ ਹਾਂ, ਪਰ ਜੇਕਰ ਪਾਰਟੀ 'ਚੋਂ ਕੱਢਣ ਦੇ ਬਾਵਜੂਦ ਵੀ ਅਗਲਾ ਬੰਦਾ ਅੱਜ ਦੀ ਤਰੀਕ 'ਚ ਸੰਸਦ ਮੈਂਬਰ ਹੈਗਾ, ਸੰਸਦ ਮੈਂਬਰ ਦੀਆਂ ਕਹਿ ਸਕਦੇ ਕਿ ਜਿਹੜੀਆਂ ਉਹ ਸੇਵਾਵਾਂ ਜਿਹੜੀਆਂ ਲੈ ਰਿਹਾ, ਜਿਹੜਾ ਉਹਦਾ ਸੁੱਖ ਭੋਗਦਾ ਪਿਆ, ਤਾਂ ਫਿਰ ਇਹਨਾਂ ਬੰਦਿਆਂ ਦੀ ਸਥਿਤੀ ਉੱਥੇ ਕੀ ਆ ਕਿ ਭਾਵ ਨਾ ਤਾਂ ਉਹ ਕਰ ਸਕੇ। ਇਹਨਾਂ ਨੇ ਇੱਕ ਚੰਗਾ ਬਹਾਨਾ ਲੱਭਿਆ ਹੋਇਆ ਆਪਣੀ ਸਥਿਤੀ ਨੂੰ ਸਪਸ਼ਟ ਕਰਨ ਦੇ ਲਈ, ਥੋੜੀ ਠੀਕ ਕਰਨ ਦੇ ਲਈ, ਇਹ ਲੁਕਾਉਣ ਦੇ ਲਈ ਕਿ ਅਸੀਂ ਪਾਵਰਫੁੱਲ ਆ, ਅਸੀਂ ਕਮਜ਼ੋਰ ਨਹੀਂ ਹੈਗੇ। ਤਾਂ ਸੰਦੀਪ ਜਾਖੜ ਬੋਲਦੇ ਆ ਤਾਂ ਉਹਦੇ ਤੇ ਬਹਾਨਾ ਲਾ ਲੈਂਦੇ ਆ ਜੀ, ਉਹ ਚਾਹੁੰਦੇ ਆ ਜੀ ਸਾਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਜਾਵੇ ਜੀ, ਸਾਡੀ ਮੈਂਬਰਸ਼ਿਪ ਵੱਧ ਜਾਵੇ। ਜੇ ਪ੍ਰਨੀਤ ਕੌਰ ਬੋਲਦੀ ਆ, ਪ੍ਰਨੀਤ ਕੌਰ ਚਾਹੁੰਦੀ ਹੈ ਜੀ ਸਾਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਜਾਵੇ, ਸਾਡੀ ਮੈਂਬਰਸ਼ਿਪ ਵੱਧ ਜਾਵੇ। ਇਹ ਕੋਈ ਚੰਗਾ ਬਹਾਨਾ ਇਹਨਾਂ ਦੇ ਵੱਲੋਂ ਬਣਾ ਲਿਆ ਗਿਆ? ਏਦਾਂ ਤਾਂ ਫਿਰ ਸਾਰੇ ਕੈਂਡੀਡੇਟ ਜਿਹੜੇ ਆ ਉਹ ਜਿੱਤ ਕੇ ਆਇਆ ਕਰਨਗੇ, ਇਹਨਾਂ ਦੇ ਖਿਲਾਫ਼ ਬੋਲਿਆ ਕਰਨਗੇ, ਤੇ ਇਹ ਕਿਆ ਕਰਨਗੇ ਜੀ ਇਹ ਚਾਹੁੰਦੇ ਆ ਜੀ ਪਾਰਟੀ 'ਚੋਂ ਬਾਹਰ ਕੱਢ ਦਿੱਤਾ, ਕਾਰਵਾਈ ਕੋਈ ਹੋਇਆ ਨੀ ਕਰੂ। ਇਹ ਤਾਂ ਫਿਰ ਚੰਗਾ ਇਹ ਬਹਾਨਾ ਜਿਹੜਾ ਹੋਇਆ, ਫਿਰ ਕਿੱਥੇ ਇਹਨਾਂ ਦੇ ਸੁਖਵਿੰਦਰ ਰਾਜੇ ਬਣੇ ਕਰਾ। ਸੁਖਵਿੰਦਰ ਜੀ, ਬਹਾਨਾ ਹੀ ਹੈ ਕਿ ਜਾਂ ਤਾਂ ਅਸੀਂ ਇਹਨੂੰ ਇੰਨੀ ਗੱਲ ਕਹਿ ਸਕੀਏ, ਇਸ ਤਰੀਕੇ ਨਾਲ ਕਹੀਏ ਕਿ ਇੰਨੇ ਕਮਜ਼ੋਰ ਹੋ ਚੁੱਕੇ ਆ, ਪੰਜਾਬ ਕਾਂਗਰਸ ਇਸ ਵੇਲੇ ਇੰਨੀ ਕਮਜ਼ੋਰ ਹੋ ਚੁੱਕੀ ਆ ਕਿ ਪਾਰਟੀ ਦੇ ਅੰਦਰ ਜਿਹੜੀਆਂ ਵਿਰੋਧ ਦੀਆਂ ਸੁਰਾਂ ਉੱਠਦੀਆਂ ਨੇ, ਉਹਨਾਂ ਨਾਲ ਇਹ ਅਸੀਂ ਕਹਿ ਸਕਦੇ ਕਿ ਉਹਨਾਂ ਨੂੰ ਦਬਾਉਣ ਦੇ ਵਿੱਚ ਜਾਂ ਉਹਨਾਂ ਨਾਲ ਸਮਝੌਤਾ ਕਰਨ 'ਚ ਪੂਰਨ ਤੌਰ 'ਤੇ ਮੌਜੂਦਾ ਕਾਂਗਰਸ ਦੀ ਆਹ ਜਿਹੜੀ ਲੀਡਰਸ਼ਿਪ ਆ ਪੰਜਾਬ ਦੀ, ਇਹ ਸਫਲ ਹੋ ਚੁੱਕੀ ਆ, ਕਮਜ਼ੋਰ ਆ, ਕਿਉਂਕਿ ਨਾ ਤਾਂ ਉਹਨਾਂ ਨੂੰ ਇਹ ਕਿਸੇ ਤਰੀਕੇ ਨਾਲ ਜਸਟੀਫਾਈ ਕਰ ਸਕੇ, ਨਾ ਹੀ ਉਹਨਾਂ ਨੂੰ ਆਪਣੇ ਨਾਲ ਲਿਜਾਉਣ ਦੇ ਵਿੱਚ ਸਮਰੱਥ ਨੇ। ਸੋ ਇਹੋ ਜਿਹੇ ਬਹਾਨਿਆਂ ਦੇ ਨਾਲ ਹੀ ਇਹ ਆਪਣੀ ਹੋਂਦ ਨੂੰ ਬਚਾਉਣ ਦਾ ਯਤਨ ਕਰਦੇ ਪਏ ਆ। ਜਿਸ ਤਰੀਕੇ ਨਾਲ ਤੁਸੀਂ ਬੜੀ ਸੋਹਣੀ ਗੱਲ ਕੀਤੀ, ਹਾਂ ਅਸੀਂ ਤਾਂ ਉਹਨਾਂ ਨੂੰ ਪਾਰਟੀ 'ਚ ਕੱਢ ਚੁੱਕੇ, ਉਹ ਸੁੱਖ ਸੱਤਾ ਸੁੱਖ ਭੋਗਣਾ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਈਏ, ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਕਰਦੇ ਆ। ਪਰ ਕਹਿਣ ਦਾ ਸੁਖਵਿੰਦਰ ਜੀ, ਜਿਹੜੀ ਸਥਿਤੀ ਹੈ ਨਾ ਉਹ ਇਹੋ ਹੀ ਆ ਕਿ ਇਸ ਵੇਲੇ ਕਾਂਗਰਸ ਜਿਹੜੀ ਆ ਉੱਪਰ ਤੋਂ ਲੈ ਕੇ ਥੱਲੇ ਤੱਕ ਪੂਰਨ ਤੌਰ ਤੇ ਸਾਹਸਤ ਵਿਹੂਣੀ ਹੋਈ ਪਈ ਆ। ਕਿਸੇ ਵੀ ਲੀਡਰ ਦੇ ਖਿਲਾਫ਼ ਉਹਨਾਂ ਕੋਲ ਕਾਰਵਾਈ ਕਰਨ ਦਾ ਮੇਰਾ ਨਹੀਂ ਖਿਆਲ ਕੋਈ ਤਾਕਤ ਹੋਵੇ। ਲੋਕ ਆਪ ਕਾਂਗਰਸ ਨੂੰ ਛੱਡ ਛੱਡ ਕੇ ਜਾ ਰਹੇ ਆ, ਜਿਹੜੇ ਕਾਂਗਰਸ ਦੇ ਵੱਡੇ ਥੰਮ ਸੀ। ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਇੱਕ ਤੁਹਾਡਾ ਸੰਸਦ ਮੈਂਬਰ ਆ, ਤੁਸੀਂ
ਲੋਕਲ ਲੀਡਰਸ਼ਿਪ ਕਹਿ ਰਹੀ ਆ ਉਹਨੂੰ ਪੰਜਾਬ ਚੋਂ ਬਾਹਰ ਕੱਢ ਦਿੱਤਾ। ਉੱਪਰ ਉਹ ਵਿਅਕਤੀ ਜਾ ਕੇ ਅਜੇ ਵੀ ਸੋਨੀਆ ਗਾਂਧੀ ਨੂੰ ਜਾ ਕੇ ਉਹ ਮਿਲਦੇ ਨੇ, ਉਹਨਾਂ ਨਾਲ ਸੰਬੰਧ ਨੇ, ਤਾਂ ਫਿਰ ਇਹਨਾਂ ਦੀ ਜਿਹੜੀ ਇਹੋ ਜਿਹੀ ਬਿਆਨਬਾਜ਼ੀ ਆ ਕੇਵਲ ਕਾਂਗਰਸ ਦੇ ਉਸ ਝੂਠੇ ਕਿਰਦਾਰ ਨੂੰ ਨੰਗਾ ਕਰਦੀ ਆ ਕਿ ਜਿੱਥੇ ਇਸ ਵੇਲੇ ਕਾਂਗਰਸ ਕੋਲ ਕੁਝ ਕਹਿਣ ਨੂੰ ਖੈਰ ਹੈ ਨਹੀਂ, ਪਰ ਸਿਰਫ ਤੇ ਸਿਰਫ ਆਪਣੀ ਹਾਰੀ ਹੋਈ ਲੜਾਈ ਜਿਹੜੀ ਆ ਉਹ ਲੜਦੇ ਪਏ। ਪ੍ਰਤਾਪ ਸਿੰਘ ਬਾਜਵਾ ਹੁਣੀ ਨਾਲ ਦੇ ਫਿਰਦੇ ਆ, ਕਿਵੇਂ ਦੇਖਦੇ ਹੋ ਇਸ ਬਿਆਨ ਦੇ ਨਾਲ? ਪ੍ਰਤਾਪ ਸਿੰਘ ਬਾਜਵੇ ਉਹਨਾਂ ਨੇ ਕਈ ਨਿਸ਼ਾਨੇ ਕਰਤੇ ਜਿਹੜੇ ਉਦੋਂ ਕੈਪਟਨ ਦੀ ਟੀਮ ਬਣ ਬਣ ਪ੍ਰਤਾਪ ਬਾਜਵੇ ਦੇ ਖਿਲਾਫ਼ ਭੁਗਤਦੇ ਸੀਗੇ, ਪ੍ਰਤਾਪ ਬਾਜਵੇ ਦੇ ਖਿਲਾਫ਼ ਚੱਲਦੇ ਸੀਗੇ, ਸਿੱਧੇ ਅਸਿੱਧੇ ਤੌਰ ਤੇ ਜਿਹੜਾ ਉਹਨਾਂ ਨੇ ਉਹ ਤੇ ਵੀ ਨਿਸ਼ਾਨਾ ਸਾਧਤਾ ਕਿ ਭਾਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਘਪਲੇ ਹੋਏ, ਤੇ ਘਪਲਾ ਕਰਨ ਵਾਲਾ ਇਕੱਲਾ ਕੈਪਟਨ ਨਹੀਂ ਸੀ, ਉਹਨਾਂ ਦੇ ਆਹ ਮੰਤਰੀ ਵੀ ਸੀਗੇ। ਦੇਖਦੇ ਹੋ ਕਿ ਆਪਣੇ ਖਿਲਾਫ਼ ਚੱਲਣ ਵਾਲੇ ਵਿਅਕਤੀਆਂ ਨੂੰ ਅਸਿੱਧੇ ਤੌਰ ਤੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਠੋਕ ਗਏ ਨੇ। ਬਿਲਕੁਲ ਸੁਖਵਿੰਦਰ ਜੀ, ਮੈਂ ਤਾਂ ਇਹ ਗੱਲ ਉਦੋਂ ਹੀ ਕਲੀਅਰ ਹੋ ਗਈ ਸੀ ਕਿ ਜਿਸ ਦਿਨ ਰਾਜਾ ਵੜਿੰਗ ਨੇ ਪ੍ਰਤਾਪ ਸਿੰਘ ਬਾਜਵੇ ਨੂੰ ਅੰਦਰ ਨਹੀਂ ਵੜਨ ਦਿੱਤਾ ਤੇ ਪ੍ਰਤਾਪ ਕਾਂਗਰਸ ਭਵਨ ਦੇ ਤੇ ਪ੍ਰਤਾਪ ਸਿੰਘ ਬਾਜਵਾ ਵਾਪਸ ਆ ਗਏ, ਇਸ ਧਰਨੇ ਦੇ ਵਿੱਚ ਵੀ ਉਹਨਾਂ ਦੀ ਸ਼ਮੂਲੀਅਤ ਕਿਤੇ ਕੋਈ ਦਿਖਾਈ ਨਹੀਂ ਦੇ ਰਹੀ। ਤਾਂ ਜਿਸ ਤਰੀਕੇ ਨਾਲ ਉਹਨਾਂ ਨੇ ਇੰਨੀ ਗੱਲ ਕਹੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਾਰੇ ਜਿਹੜੇ ਮੰਤਰੀ ਉਹ ਭ੍ਰਿਸ਼ਟ ਸੀ, ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦਾ ਰਿਹਾ, ਤੇ ਉਹ ਜਿਹੜੇ ਮੰਤਰੀ ਨੇ ਉਹੀ ਤਾਂ ਅੱਜ ਕਾਂਗਰਸੀ ਨੇ, ਉਹੀ ਸਾਬਕਾ ਵਿਧਾਇਕ ਨੇ, ਤੇ ਉਹਨਾਂ ਦੀ ਪਿੱਠ ਤੇ ਖਲੋਤਾ ਰਾਜਾ ਵੜਿੰਗ ਜਦੋਂ ਉਹ ਨਜ਼ਰ ਆਉਂਦੇ ਤਾਂ ਕੁਦਰਤੀ ਤੌਰ ਤੇ ਪ੍ਰਤਾਪ ਸਿੰਘ ਬਾਜਵੇ ਨੇ ਲੀਕ ਦੇ ਨਾਂ ਤੇ ਲੈ ਹੀ ਲਏ ਆ, ਤਾਂ ਉਹ ਹੁਣ ਕਿਹੜੇ ਮੂੰਹ ਨਾਲ ਇਹ ਕਹਿਣਗੇ ਕਿ ਭਗਵੰਤ ਮਾਨ ਕਿਸੇ ਖਿਲਾਫ਼ ਕਾਰਵਾਈ ਨਾ ਕਰੇ? ਇੱਕ ਪਾਸੇ ਤਾਂ ਖੁਦ ਹੀ ਕਹਿ ਰਹੇ ਆ, ਜਦੋਂ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਕਹਿ ਦਿੰਦੇ ਕਿ ਇਹ ਮੰਤਰੀ ਭ੍ਰਿਸ਼ਟ ਸੀ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਘਪਲੇ ਹੋਏ ਨੇ, ਤਾਂ ਉਹ ਘਪਲੇ ਕੈਪਟਨ ਅਮਰਿੰਦਰ ਸਿੰਘ ਇਕੱਲਿਆਂ ਤੇ ਨਹੀਂ ਨਾ ਕੀਤੇ। ਕੈਪਟਨ ਅਮਰਿੰਦਰ ਸਿੰਘ ਦੇ ਖੁਦ ਕਹਿੰਦਾ ਰਿਹਾ ਕਿ ਮੈਂ ਸਾਰੇ ਮੰਤਰੀਆਂ ਦੀਆਂ ਫਾਈਲਾਂ ਜਿਹੜੀਆਂ ਬਣਾ ਕੇ ਮੇਰੇ ਕੋਲ ਪਈਆਂ ਨੇ, ਮੈਂ ਵਕਤ ਅਨੁਸਾਰ ਕੱਢ ਲੈਣੀਆਂ ਜਾਂ ਉੱਥੇ ਦਿੱਲੀ 'ਚ ਜਮ੍ਹਾਂ ਕਰਾ ਦੇਣੀਆਂ। ਤੇ ਉਹੀ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਾਜਕਾਲ 'ਚ ਰਹੇ ਨੇ। ਇਹ ਤਾਂ ਹੈ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ ਛੱਡ ਗਏ ਮੁੱਖ ਮੰਤਰੀ ਨਹੀਂ ਰਹੇ, ਤਾਂ ਉਹ ਜਿਹੜੇ ਮੰਤਰੀ ਉਹ ਵੀ ਕਾਂਗਰਸ ਛੱਡ ਕੇ ਉਹ ਅੱਜ ਵੀ ਕਾਂਗਰਸ 'ਚ ਨੇ। ਸੋ ਪ੍ਰਤਾਪ ਸਿੰਘ ਬਾਜਵੇ ਦਾ ਇਹ ਜਿਹੜਾ ਬਿਆਨ ਆਇਆ ਇਹ ਸੋ ਜਾਣ ਬੁੱਝ ਕੇ ਭਗਵੰਤ ਮਾਨ ਨੂੰ ਉਹਨਾਂ ਨੇ ਹੋਰ ਦੇ ਦਿੱਤਾ ਕਿ ਵੇਖੋ ਜੀ ਤੁਹਾਡਾ ਤਾਂ ਸੀਐਲਪੀ ਲੀਡਰ ਇਹ ਕਹਿ ਰਿਹਾ ਤੇ ਮੈਂ ਤਾਂ ਉਹਦੇ ਖਿਲਾਫ਼ ਹੀ ਕਾਰਵਾਈ ਕਰਨੀ ਆ। ਪ੍ਰਤਾਪ ਸਿੰਘ ਬਾਜਵੇ ਨੇ ਇਸ ਤੀਰ ਦੇ ਨਾਲ ਕਈ ਨਿਸ਼ਾਨੇ ਜਿਹੜੇ ਨੇ ਉਹ ਫੁੰਡੇ ਨੇ ਤੇ ਕਈਆਂ ਨੂੰ ਦਰਸਾਤਾ ਕਿ ਤੁਸੀਂ ਭਾਈ ਸਾਹਿਬ ਇਸ ਮੁਹਿੰਮ 'ਚ ਸਾਰੇ ਨੰਗੇ ਜੇ, ਬਚਿਆ ਕੋਈ ਨਹੀਂ, ਤੇ ਜਿਹੜੇ ਤੁਸੀਂ ਇਹ ਡਰਾਮੇਬਾਜ਼ੀ ਕਰ ਰਹੇ ਤੇ ਸਿਰਫ ਆਪਣੇ ਆਪ ਨੂੰ ਬਚਾਉਣ ਕਰਕੇ ਕਰਦੇ ਪਏ ਜੇ। ਇਹੋ ਜਿਹਾ ਜਿਹੜੇ ਬਿਆਨ ਨੇ ਪ੍ਰਤਾਪ ਸਿੰਘ ਬਾਜਵੇ ਦੇ ਅਗਲੇ ਦਿਨਾਂ 'ਚ ਵੀ ਤੁਹਾਨੂੰ ਵੇਖਣ ਨੂੰ ਮਿਲਣਗੇ, ਕਿਉਂਕਿ ਜਿਹੜੀ ਸੁਰ ਹੈ ਪਾਰਟੀ ਪ੍ਰਧਾਨ ਦੀ ਤੇ ਸੀਐਲਪੀ ਲੀਡਰ ਦੀ ਇਸ ਵੇਲੇ ਇੱਕ ਸੁਰ ਨਹੀਂ ਹੈਗੀ, ਕਿਉਂਕਿ ਪ੍ਰਤਾਪ ਸਿੰਘ ਬਾਜਵੇ ਦਾ ਕੰਮ ਕਰਨ ਦਾ ਤਰੀਕਾ ਕੁਝ ਹੋਰ ਤਰੀਕੇ ਦਾ। ਤੇ ਦੂਜੇ ਪਾਸੇ ਹਰੀਸ਼ ਚੌਧਰੀ ਦੀ ਜਿਹੜੀ ਬਿਨਾਂ ਗੱਲ ਦੀ ਦਖਲ ਅੰਦਾਜ਼ੀ ਆ, ਸ਼ਾਇਦ ਪ੍ਰਤਾਪ ਸਿੰਘ ਬਾਜਵੇ ਨੂੰ ਇਹ ਵੀ ਜਿਹੜੀ ਆ ਜ਼ਿਆਦਾ ਪਰੇਸ਼ਾਨ ਜਿਹੜੀ ਆ ਉਹ ਕਰਦੀ ਹੈ ਜੀ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।